ਆਤਿ ਸ੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਤਾਜ਼ਾ ਵੱਡੀ ਖਬਰ ਨਿਕਲ ਕੇ ਆਈ ਹੈ ਜੀ ਮੋਦੀ ਸਰਕਾਰ ਇੱਕ ਤਰੀਕ ਤੋਂ ਇਹਨਾਂ ਲੋਕਾਂ ਨੂੰ ਦੇ ਸਕਦੀ ਹੈ ਵੱਡਾ ਤੋਹਫਾ ਹੋ ਜਾਓ ਤਿਆਰ ਸੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਸਕੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਹਾਂ ਦੋਸਤੋ ਸਰਕਾਰੀ ਕਰਮਚਾਰੀ ਅਕਤੂਬਰ ਤੋਂ 300 ਕਮਾਈ ਦੀ ਛੁੱਟੀ ਪ੍ਰਾਪਤ ਕਰ ਸਕਦੇ ਹਨ ਜੇਕਰ ਮੋਦੀ ਸਰਕਾਰ 1 ਅਕਤੂਬਰ ਤੋਂ ਲੇਬਰ ਕੋਡ ਦੇ ਨਿਯਮ ਲਾਗੂ ਕਰ ਦਿਆ ਤਾਂ ਸਰਕਾਰੀ ਅਤੇ ਨਿੱਜੀ ਖੇਤਰ ਦੇ ਕਰਮਚਾਰੀਆਂ ਨੂੰ 300 ਛੁੱਟੀਆਂ ਮਿਲ ਸਕਦੀਆਂ ਹਨ ਮੋਦੀ ਸਰਕਾਰ ਲੇਬਰ ਕੋਡ ਦੇ ਨਿਯਮਾਂ ਨੂੰ 1 ਅਕਤੂਬਰ ਤੋਂ ਲਾਗੂ ਕਰ ਸਕਦੀ ਹੈ ਜੇ ਲੇਬਰ ਕੋਡ ਦੇ ਨਿਯਮਾਂ ਨੂੰ ਲਾਗੂ ਕੀਤਾ ਜਾਂਦਾ ਤਾਂ ਕਰਮਚਾਰੀਆਂ ਦੀ ਕਮਾਈ ਛੁੱਟੀ 240 ਤੋਂ 300 ਤੱਕ ਵੱਧ ਸਕਦੀ ਹੈ ਜੀ ਹਾਂ ਦੋਸਤੋ 1 ਅਕਤੂਬਰ ਤੋਂ ਛੁੱਟੀਆਂ ਵੱਧ ਸਕਦੀਆਂ ਹਨ ਤੇ ਸਰਕਾਰ 1 April 2021 ਤੋਂ ਨਵੇਂ ਲੇਬਰ ਕੋਡ ਵਿੱਚ ਨਿਯਮਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ ਪਰ ਰਾਜਾਂ ਦੀ ਤਿਆਰੀ ਦੀ ਘਾਟ ਅਤੇ ਐਚਆਰ ਨੀਤੀਆਂ ਨੂੰ ਬਦਲਣ ਦੇ ਲਈ ਕੰਪਨੀਆਂ ਨੂੰ ਬਧੇਰੇ ਸਮਾਂ ਦੇਣ ਦੇ ਕਾਰਨ ਉਹਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਕਰਤ ਮੰਤਰਾਲੇ ਦੇ ਅਨੁਸਾਰ ਸਰਕਾਰ 1 ਜੁਲਾਈ ਤੋਂ ਲੇਬਰ ਕੋਡ ਦੇ ਨਿਯਮਾਂ ਨੂੰ ਨੋਟੀਫਾਈ ਕਰਨਾ ਚਾਹੁੰਦੀ ਸੀ ਪਰ ਰਾਜਾਂ ਦੇ ਇਹਨਾਂ ਨਿਯਮਾਂ ਨੂੰ ਲਾਗੂ ਕਰਨ ਦੇ ਲਈ ਹੋਰ ਸਮਾਂ ਮੰਗਿਆ ਪਰ ਹੁਣ ਇਹਨਾਂ ਨੂੰ 1 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਤੇ ਇਸ ਲਈ ਨਿਯਮਾਂ ਦੇ ਲਾਗੂ ਹੁਣ ਵਿੱਚ ਕਰਮਚਾਰੀਆਂ ਦੀ ਛੁੱਟੀ 300 ਤੱਕ ਵਧਾਈ ਜਾ ਸਕਦੀ ਤੇ ਹੁਣ 200 ਛੁੱਟੀਆਂ 240 ਛੁੱਟੀਆਂ ਪ੍ਰਾਪਤ ਕਰੋ ਦਰਸਲ ਪਿਛਲੇ ਦਿਨੀ ਕਾਰਤ ਮੰਤਰਾਲੇ ਲੇਬਰ ਯੂਨੀਅਨ ਅਤੇ ਅਦਯੋਗ ਦੇ ਨੋਮਾਇੰਦਗਿਆਂ ਦਰਮਿਆਨ ਘੰਟੇ ਕੰਮ ਦੇ ਘੰਟੇ ਸਾਲਾਨਾ ਛੁੱਟੀਆਂ ਪੈਨਸ਼ਨ ਪੀਐਫ ਘਰੇਲੂ ਤਨਖਾਹ ਰਿਟਾਇਰਮੈਂਟ ਆਦਿ ਇਸ ਮੰਦ ਵਿੱਚ ਲੇਬਰ ਕੋਡ ਦੇ ਨਿਯਮਾਂ ਵਿੱਚ ਬਦਲਾਅ ਬਾਰੇ ਚਰਚਾ ਹੋਈ ਸੀ